ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਤੇ ਲਗਾਈ ਗਈ ਪਾਬੰਦੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਉਨ੍ਹਾਂ ਆਖਿਆ ਕਿ ਸਿੱਖਾਂ ਨੇ ਇਟਲੀ ਦੇ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸ ਬਾਰੇ ਇਟਲੀ ਦੇ ਲੋਕ ਅਤੇ ਉੱਥੋਂ ਦੀਆਂ ਰਾਜਨੀਤਿਕ ਪਾਰਟੀਆਂ ਭਲੀ ਭਾਂਤੀ ਜਾਣੂ ਨੇ। ਇਟਲੀ ਵਿਕਾਸਸ਼ੀਲ ਦੇਸ਼ ਹੈ, ਇੱਥੇ ਹਰ ਧਰਮ ਦੇ ਵਿਅਕਤੀਆਂ ਨੂੰ ਆਪਣੇ ਅਕੀਦੇ ਦੇ ਅਨੁਸਾਰ ਵਿਚਰਨ ਦਾ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਦੇ ਸੰਬੰਧੀ ਚਾਰਾਜੋਈ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਉਹ ਕਮੇਟੀ ਵੱਲੋਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਅਪੀਲ ਕਰਨਗੇ। ਸਾਨੂੰ ਉਹਦਾ ਸਤਿਕਾਰ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਅਸੀਂ ਆਪਣੇ ਜਿਹੜੇ ਹੋਮ ਮਿਨਿਸਟਰ ਹੈ, ਫੋਰਨ ਮਿਨਿਸਟਰ ਹੈ ਔਰ ਪ੍ਰਾਈਮ ਮਿਨਿਸਟਰ ਹੈ, ਇਹਦੇ ਨਾਲ ਹੀ ਮਸਲਾ ਜਿਹੜਾ ਟੇਕ ਅਪ ਕਰਾਂਗੇ। ਕੱਲ੍ਹ ਵੀ ਮੈਂ ਰਾਸ਼ਟਰਪਤੀ ਸਾਹਿਬ ਦੇ ਸਾਹਮਣੇ ਵੀ ਰੱਖੀ ਸੀ ਗੱਲ, ਉਹਨਾਂ ਵੀ ਸਾਨੂੰ ਸ਼ੋਰਸ ਦਵਾਈ ਸੀ ਕਿ ਅਸੀਂ ਆਪਣੀ ਭਾਰਤੀ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਵੀ ਉਹ ਆਪਣੇ ਡਿਪਲੋਮੈਟਿਕ ਚੈਨਲ ਰਾਹੀਂ ਇਟਲੀ ਸਰਕਾਰ ਨਾਲ ਗੱਲ ਕਰੇ। ਅਸੀਂ ਦੁਬਾਰਾ ਉਹਨਾਂ ਨੂੰ ਸਿੱਧੇ ਮਿਨਿਸਟਰ ਸਾਹਿਬ ਨੂੰ, ਪ੍ਰਾਈਮ ਮਿਨਿਸਟਰ ਨੂੰ ਵੀ ਲਿਖਾਂਗੇ ਔਰ ਜੇ ਲੋੜ ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹੜੀ ਹੈ ਉਹਦੇ ਵੀ ਅਸੀਂ ਜਾਵਾਂਗੇ।